सरपंच जी ले चाह पी लो। चाह ओ मैं आई अंदा ते पी लंदा। कोई ना पी लो। मैं कुटदा ਐਂ ਕਹਿੰਦੀ ਸੀ ਮੈਂ ਚਿੱਟੇ ਕੱਪੜੇ ਪਾ ਕੇ ਕਾਹਤੋਂ ਕੁੱਟਦੇ ਹੁੰਨੇ ਹੋ ਕੋਈ ਪੁਰਾਣੇ ਤਰ੍ਹਾਂੇ ਪਾ ਲੈਂਦੇ ਉਹ ਤੈਨੂੰ ਪਤਾ ਰਹੇਗਾ ਮੈਂ ਮੌਕੇ ਦਾ ਪ੍ਰਧਾਨ ਹੈ ਹੈ ਕਦਾ ਕਦੋਂ ਫੋਨ ਆ ਜੇ ਚੱਲ ਕੋਈ ਨਾ ਦੋ ਚਾਰ ਹੋਰ ਸਮਾਲੀ ਹੈ ਹਾਂ ਸਮਾਲ ਲਾਉਂ ਤੇ ਚੱਲਾਂਗੇ ਪਾ ਕੋਈ ਨਾ ਕੱਲ ਨੂੰ ਲੈਣਾ ਇੱਕ ਵਾਈਫਾਈ ਵਾਲਾ ਲਿਆਈ ਬਾਲਾ ਸੋਹਣਾ 17-1800 ਦਾ ਹੁੰਦਾ ਹੋਰ ਲੈ ਆਵਾਂਗੇ ਕੋਈ ਗੱਲ ਨਹੀਂ ਵਾਧੂ ਲਿਆਵਾਂ ਹੁਣ ਤੇ ਵਾਧੂ ਪੈਸੇ ਆ ਜਾਣਗੇ ਆਪਾਂ ਕੋਲ ਟੈਨਸ਼ਨ ਨਹੀਂ ਲਾ ਹਾਂ ਹਾਂ ਗਰੰਟਾ ਮੈਂ ਐਂ ਕਰ ਤੂੰ ਅੱਜ ਯਾਰ ਪਾਲਕ ਪਨੀਰ ਨਾ ਬਣਾ ਲਈ ਬਣਾ ਲਾਂਗੇ ਆਹੋ ਸੁੱਖ ਨਾਲ ਖਾਸੀ ਹੋ ਰਹੀ ਹੈ ਪਰਸੋਂ ਨੂੰ ਮੇਥਾ ਬਣਾ ਲਾਂਗੇ हाँ। आलू पाके है ना हाँ तनिया दे आया कर जेड़ा कोई लोड बंद हुंदा है चटनी चुटनी कुटनी होई जे किसी ने ओ यार दे वास्ते मसाला आया तेरा हो गया ए तो जिन्ना बड्डोगे ना होर बदूगा चल ठीक है हाँ। मैं दे आऊंगा मैं रूम दे आऊंगा चल चाय पी लंदे ठंडी करके ले आमा ना ठंडी अच्छा मैं तत्ती पींदे आती तन्नू पता मैं कहंदी सी भी चली आपा जमीन जी ना करवाउण मेरे ओ पागले अज एतवार है अच्छा काई तेरी सेवा कर रही तू मेरी नहीं नहीं मैंने तो ऐसी महा भी चला मैं तैयार हुई हुई है सोना सूट पाया भी चल ऐ भाग जंदे भी फिर हुन मेनू फिर कल नू नोना पौगा आज तो ऐ तवार है अच्छा हां छुट्टी है नोना ही पौगा फिर है चल कोई ना फिर कल नू मैं दो डब्बे डोल लूंगी और किया मैं साबुन सुबन ता ला ली आज कोई ना शैंपू ले आवां नाल तो शॉपिंग करा लिया दूंगा शैंपू नाल केड़ा कंजर ना होना हुंदा ओही पुठियां गल्ला फिर हुन नाल सरपंच बनना ना ओ शैंपू ना सिर नाल ही मैं कहना केसी नाल ही साबुन लक्स ले आऊं तेनू ਚੰਗਾ ਆਹੋ ਗੁਲਾਬੀ ਜੀ ਹੈ ਹਾਂ ਉਹ ਤੇ ਵਰਤਦੀਆਂ ਪਹਿਲਾਂ ਕਿਹੜੀ ਵਰਤਦੀਆਂ ਕੁੱਤਿਆਂ ਦੀ ਨਹੀਂ ਵਰਤਦੀ ਹੁੰਦੀ ਉਹ ਯਾਰ ਨਹੀਂ ਨਹੀਂ ਮੈਂ ਉਹ ਗੱਲ ਕਰਦਾ ਮਜ਼ਾਕ ਨਾ ਕਰਿਆ ਕਰੋ ਜੀ ਠੀਕ ਆ ਤੇ ਹੁਣ ਆਪਾਂ ਨਾਲ ਕੁੱਤੇ ਵਾਲੀ ਪਈ ਹੁੰਦੀ ਹੈ ਸਾਬਣ ਮੈਂ ਉਹ ਚੱਕ ਨਾ ਲਿਆਂਦੀ ਹੋਇਆ ਕੁੱਤੇ ਵਾਲੀ ਜਿੱਦੇ ਕੁੱਤਾ ਮਰ ਗਿਆ ਸੀ ਉਹਦੇ ਮੈਂ ਨਾਲ ਹੀ ਦੱਬਤੀ ਸੀ ਇਹ ਤਾਂ ਟੋਏ ਚ ਦੱਬਤੀ ਚੱਲ ਜਾਂਦੀ ਤੇ ਹੁਣ ਤਾਂ ਮੈਂ ਗੁਲਾਬੀ ਵੀ ਲਾ ਲੈਣੀ ਕਿ ਵੀ ਪੀਲੀ ਜੀ ਵੀ ਲਾ ਲੈਣੀ ਆ ਚੰਦਨ ਜੀ ਵਾਲੀ ਚਲ ਐ ਕਰ ਤੂੰ ਚੱਲ ਜਾਂ ਗਲਾਸ ਦੇ ਦੇ ਹਾਂ ਤੂੰ ਐ ਕਰ ਅੱਜ ਕੀ ਬਣਾਏਗੀ ਪਰੌਠੇ ਬਣਾਏਗੀ ਕੀ ਪਾਲਕ ਪਨੀਰ ਬਣਾ ਲਾਂਗੇ ਅੱਠੇ ਇਕੱਠੀ ਖਾ ਲਾਂਗੇ ਹੁਣ ਉਹ ਯਾਰ ਮੇਰਾ ਜੇ ਪਰੌਠਿਆਂ ਨੂੰ ਜੀ ਕਰੀ ਜਾਂਦਾ ਹਾਂ ਕਰ ਹਾਂ ਮੂਲੀਆਂ ਦੇ ਪਰੌਠੇ ਪਕਾ ਤੇ ਮੂਲੀਆਂ ਪੱਟ ਲਾ ਦੋ ਚਾਰ ਇਹ ਤਾਂ ਅਜੇ ਨਿਆਣੀਆਂ ਨੇ ਮੂਲੀਆਂ ਹਜੇ ਰਹਿਣ ਦੇ ਹਜੇ ਨਾ ਪੱਟੀ ਫੇਰ ਕਦੇ ਖਾ ਲਈ ਮੂਲੀਆਂ ਵਾਲੇ ਅੱਜ ਆਪਾਂ ਅੱਠਨੇ ਪਾਲਕ ਪਨੀਰ ਬਣਾਵਾਂਗੇ ਅੱਠਨੇ ਖਾ ਲਾਂਗੇ ਰੱਜ ਕੇ ਰੋਟੀ ਆਲੂ ਵਾਲੇ ਪਕਾ ਚੱਲ ਆਲੂ ਵਾਲੇ ਕੌਣ ਹੈ ਆਲੂ ਵਾਲੇ ਤੂੰ ਐ ਕਰ ਮੇਥਾ ਤੋੜ ਲਿਆ ਵਿੱਚ ਇੱਕ ਇੱਕ ਪੱਤਾ ਧਰ ਕੇ ਬਣਾ ਦੂੰਗੀ ਆਹ ਠੀਕ ਹੈ ਚੱਲ ਆ ਚੰਗਾ ਆ ਜੀ ਫਿਰ ਟਾਈਮ ਨਾਲ ਲਰੀਤ ਕੋਲੇ ਜਾਈ ਆਵਾਂ ਮੈਂ ਵੀ ਅੱਜ ਸੋਮਵਾਰੀ ਨਾ ਮੱਸਿਆ ਹੈਗੀ ਦੋਨੇ ਜਣੀਆਂ ਵਗ ਜਾਾਂਗੇ ਕੱਲੀ ਜੀ ਨੂੰ ਤਾਂ ਮੈਨੂੰ ਔਖਾ ਲੱਗੂਗਾ ਦੋ ਦਾ ਵਧੀਆ ਸੀਗਾ ਜਾ ਹੋ ਜਾਂਦਾਗਾ ਬਣ ਕੇ ਪਰੌਠੇ ਪਰੌਠੇ ਤਾਂ ਬਣਾ ਦਨੀ ਆ ਮੈਂ ਕਹਿੰਦੀ ਸੀ ਦੇਖੀ ਕਿਉਂ ਦੇਸੀ ਨਾ ਮੁੱਕਿਆ ਪਿਆ ਇੰਨੀ ਕਡਲੀ ਉਹਦੇ ਨਾਲ ਤਾਂ ਕੰਡਾ ਜਾ ਵੀ ਨਹੀਂ ਰੜਨਾ ਪਰੌਠੇ ਦਾ ਓਏ ਇਹਦੇ ਕੀ ਗੱਲ ਲੈ ਮੈਂ ਹੁਣ ਫੜ ਲਿਆ ਡੈਰੀ ਆ ਹਾਂ ਤੂੰ ਦੇਸੀ ਕਿਉਂ ਖਾਇਆ ਫਿਰ ਮਾੜੀ ਮੋਟੀ ਜਾਨ ਆ ਜੂਗੀ ਚੰਗਾ चंगा चल इन मैं चाह कर दी रीता हां जी की करावा रीतो बे असी ता ना मस्या ते जाके आउनिया सी मैं ता रीत नु देखण आई सी मस्या होई पे मस्या मस्या भी हम तू की ले जाना ते बे मस्या मस्या मस्करिया ना करा कर सारे दिन रीत करी जाएगी ओ ते करी आ और तू नु ना लेके जाएगी मैं तो बाल ही टेढ़ा टेढ़ा झाकदा रहना सारा चल चल मैं कन्नी देखदा रहूं चल चल तू बड खानी जाफी है दे रीता की करी आनी है इत्थे ले सोनी आ गई होर की करी आनी है तू नहीं मैं तो चाह बनाउंदी सी परौंठे जे मंगदा हो ते ओनु ओदे वाले मेथे वाले परौंठे नहीं वाले परौंठे ना खवाया कर मुंह खराब हो जाऊगा ओदा चल कोई ना पहला कड़ा बाला सोना ओदा ऐ कर दे अपन अंदर बैठने ते तो बाले दिन बाद मिनी मैं गैस बंद करदा इत्थे गई होई सी तू इन्ने दिनां दी नहीं मैं तो गई सी कोई जरूरी काम जरूरी काम किथे घूमण घमण गई सी है दुकान घूमण गई सी मैं तो रिश्तेदारी च गई सी अच्छा चल आ अंदर बैठने आ जा मैं तन्ने एक गल दसूंगी मैं आ जा नी सोनी अच्छा फिर रिश्तेदारी च जाय आई है खासे दिन लाए रिश्तेदारी च तू नहीं खासे दिन तक आनू पहले तो बागी मैं रिश्तेदारी च अच्छा खासे दिन तक लगनी सी ते फिर मैं ता शिमला घूम के आई सी टूर ते गई सी ले शिमला
ਨਹੀਂ ਸਿਆਲਾਂ ਚ ਜ਼ੁਕਾਮ ਲੱਗ ਜੂ ਸਾਰੇ ਸਿਆਲ ਨਲੀਆਂ ਪੂੰਝਦੀ ਫਿਰੇਂਗੇ ਉਰੇ ਨਹੀਂ ਕੁਛ ਨਹੀਂ ਹੁੰਦਾ ਦਵਾਈ ਦੂਈ ਲੈ ਕੇ ਬਾਗੀ ਸਾਂ ਤਾਂ ਨਲੀਆਂ ਨਲੀਆਂ ਤਾਂ ਉੱਥੇ ਹੀ ਰਹਿੰਦੀਆਂ ਨੇ ਨਾ ਕੀ ਹੁੰਦਾਗਾ ਸ਼ਿਮਲਾ ਤਾਂ ਕਾਹਨੂੰ ਤੂੰ ਕਿਤੇ ਉੱਥੇ ਵਗ ਜਾਂਦੀ ਜਿੱਥੇ ਗਰਮ ਜਾ ਏਰੀਆ ਹੁੰਦਾ ਨਹੀਂ ਮੈਨੂੰ ਗਰਮੀਆਂ ਚ ਲੈ ਕੇ ਨਹੀਂ ਗਿਆ ਗਰਮ ਚ ਕਿਵੇਂ ਜਾਵਾਂ ਹੁਣ ਫਿਰ ਮੈਂ ਅੱਖਾਂ ਚ ਠੰਡੇ ਚ ਹੀ ਵਗ ਜਾਂਦੀ ਆਂ ਪੁੱਠੇ ਦਿੰਦੀ ਜੰਮੀ ਹੋਈ ਆ ਹੋਰ ਹੋਰ ਪੁੱਠੇ ਨਹੀਂ ਬਾਲਾਂ ਤੂੰ ਤਾਂ ਉਹ ਕਰਦੀਆਂ ਗਿਆ ਅਹੀਂ ਤੇਰਾ ਬੰਦਾ ਕਰਦਾਗਾ ਉਹ ਵੀ ਆਉਣ ਸਾ ਦੇਖ ਆਏ ਦੇਖੇ ਜਿਵੇਂ ਕਦੇ ਟੀਵੀ ਦੇਖੀ ਨਹੀਂ ਸੋਹਣੀ ਲੱਗਦੀਆਂ ਭੈਣੇ ਸੋਹਣੀ ਲੱਗਦੀ ਸੰਤਰੀ ਚੁੰਨੀ ਕਿੰਨੇ ਦੀ ਆਈ ਹੈ ਨਹੀਂ ਐ ਤਾਂ ਮੈਂ ਹੈ ਸੁੱਖ ਨਾਲ ਸੋਹਣੀ ਆਈ ਕਿੰਨੇ ਦੀ ਆਈ ਹੈ ਭਾਜੀ ਧੱਕਾ ਬਹੁਤ ਮਹਿੰਗੀ ਆਈ ਆ ਤਾਂ 500 ਦੀ ਆਈ ਆ ਮੈਂ ਤਾਂ ਤੂੰ ਕੋਈ ਰੇਟ ਦੱਸ ਕੇ ਡਰਾ ਦਨੇ ਮੈਨੂੰ ਮੰਗਾ ਦੀ ਕਹੇ ਜੀ ਤੇਰੇ ਸੋਹਣੀ ਨਹੀਂ ਲੱਗਣੀਗੀ ਚਾਹ ਬੰਦ ਸੋਹਣੀ ਲੱਗਦੀ ਹੈ ਚੰਗਾ ਭੈਣੇ ਨਾ ਮੰਗਾਈ ਨਾ ਚੰਨੀ ਨੂੰ ਤਾਂ ਮੈਂ ਹੀ ਸੋਹਣੀ ਲੱਗਦੀ ਆ ਆਹੋ ਨਹੀਂ ਹੁਣ ਤਾਂ ਉਹ ਤਾਂ ਸਾਰੇ ਪਿੰਡ ਮਗਰ ਫਿਰਦਾਂ ਤਾਂ ਸਾਰੇ ਪਿੰਡ ਦੀਆਂ ਮੂਹਾਂ ਸੋਹਣੀਆਂ ਲੱਗਦੀਆਂ ਨੇ ਉਹ ਇੱਕ ਗੱਲ ਦੱਸਾਂ ਨਾ ਰੀਤਾ ਉਹ ਤਾਂ ਤੂੰ ਸੋਹਣੀ ਤਾਂ ਬਥੇਰੀਆਂਗੀ ਫਿਰ ਵੀ ਉਹ ਬਗਾਨਾ ਝਾਕਾ ਜਾਂ ਛੱਡਦਾ ਨਹੀਂ ਹੈਗਾ ਹਣਾ ਨਹੀਂ ਉਹ ਕੱਲਾ ਝਾਕਦਾ ਹੀ ਆ ਭਾਬੀਆਂ ਨੂੰ ਦੇਖਦਾ ਜਾਂ ਸਾਰੀਆਂ ਸੋਹਣੀਆਂ ਨੂੰ ਦੇਖਦਾ ਉਹ ਨਹੀਂ ਮੇਰਾ ਘਰ ਵਾਲਾ ਬਗਾਨੀ ਹੋਰ ਨਹੀਂ ਕਿਸੇ ਨੂੰ ਦੇਖਦਾ ਹੈਗਾ ਉਹ ਤਾਂ ਹੀ ਹੈਗਾ ਕਰਦਾ ਤਾਂ ਮੇਰਾ ਭੈਣੇ ਉਹ ਦਿਲੋਂ ਤਾਂ ਮੇਰੇ ਹੀ ਕਰਦਾ ਹੈ ਦੇਖਦਾ ਚਾਹੇ ਉਹ ਸਾਰੀ ਦੁਨੀਆ ਨੂੰ ਲੇਵੇ ਪਤਾ ਹੀ ਹੈ ਮੈਨੂੰ ਮੇਰਾ ਕਰਦਾ ਤੇ ਕੀ ਕੰਮ ਆਈ ਸੀ ਤੂੰ ਮੈਨੂੰ ਆਏ ਤਾਂ ਦੱਸ ਦੇ ਕਿਉਂ ਮਿਲਣਾਗੀ ਨਹੀਂ ਮੈਂ ਤਾਂ ਮਿਲਣ ਵੀ ਆਈ ਸੀ ਤੇ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਆਪਾਂ ਸੱਚ ਅੱਜ ਨਾ ਸੋਮਵਾਰੀ ਮੱਸਿਆ ਗਈ ਚੱਲ ਕੇ ਗਈ ਸੋਮਵਾਰੀ ਮਸੇ ਹਿੱਲੇ ਹੋਏ ਦਿਮਾਗ ਵਾਲੀ ਐਤਵਾਰ ਅੱਜ ਸੋਮਵਾਰ ਤੇਰੇ ਭਣੋਈਏ ਨੇ ਬਣਾਤਾ ਨਹੀਂ ਸੋਮਵਾਰੀ ਅੱਜ ਤੈਨੂੰ ਭੁਲੇਖਾ ਲੱਗਦਾ ਹੋਊਗਾ ਨਹੀਂ ਭੈਣੇ ਮੇਰੇ ਘਰ ਵਾਲੇ ਨੇ ਸਰਪੰਚੀ ਚ ਖੜਾ ਹੋਣਾ ਚੰਨੀ ਨਾਮੇ ਨੇ ਸਰਪੰਚੀ ਚ ਉਹ ਮਤਲਬ ਨਾ ਵੀ ਹੁਣ ਦਾ ਸਰਪੰਚ ਆ ਉਹ ਤੈਨੂੰ ਕੀ ਪਤਾ ਉਹ ਕਹਿੰਦਾ ਅੱਜ ਐਤਵਾਰ ਆ ਤੂੰ ਹੀ ਸੋਮਵਾਰ ਅੱਜ ਅੜੀਏ ਮੈਂ ਤਾਂ ਸੋਮਵਾਰ ਬਣਾਈ ਬੈਠੀ ਹਾਂ ਨਹੀਂ ਐਤਵਾਰ ਆ ਭੈਣੇ ਐਤਵਾਰ ਓਹੋ ਨੀ ਮੈਂ ਤਾਂ ਤਿਆਰ ਹੋ ਕੇ ਆਈ ਸੀ ਮੈਂ ਚੱਲ ਕੱਲੀ ਜੀ ਕਿੱਧਰ ਜਾਊਂਗੀ ਦੋਨਾਂ ਦਾ ਸੀਗਾ ਹੋ ਜਾਊਗਾ ਮੈਂ ਨਾਲੇ ਹੱਸਦੀਆਂ ਖੇਡਦੀਆਂ ਜਾਵਾਂਗੇ ਦੋਨੇ ਹਾਂ ਨੀ ਤਾਂ ਤਾੜੀਏ ਮੈਨੂੰ ਵੀ ਕੰਫਿਊਜ਼ਨ ਜੀ ਚੋ ਚ ਪਾਤਾ ਭਲੇਖੇ ਜੇ ਚ ਦੱਸ ਜੀ ਆ ਤਾਂ ਕਰਦਾ ਤੇਰਾ ਵੀ ਜਾਣ ਨੂੰ ਜਾਣ ਨੂੰ ਤਾਂ ਜੀ ਕਰਦਾ ਫਿਰ ਸੋਮਵਤੀ ਮੱਸਿਆ ਨਹੀਂ ਹੈਗੀ ਜੇ ਸੋਮਵਾਰੀ ਮੱਸਿਆ ਹੁੰਦੀ ਫਿਰ ਤਾਂ ਵਗ ਜਾਂਦੀ ਮੈਂ ਨੀ ਨਾਲੇ ਸੋਮਵਾਰ ਆਗਾ ਅੱਜ ਬਾਬਾ ਬੋਲੀ ਵੀ ਜਾਂਦਾ ਸੀ ਵੀ ਅੱਜ ਮੱਸਿਆ ਗਈ ਤੇ ਨਾਲੇ ਇੱਕ ਗੱਲ ਹੋਰ ਜਵਾਕ ਵੀ ਸਕੂਲ ਜਾਈ ਜਾਂਦੇ ਸੀਗੇ ਐਤਵਾਰ ਨੂੰ ਤਾਂ ਨਹੀਂ ਜਾਂਦੇ ਸਕੂਲ ਨਹੀਂ ਖੜ ਮੈਂ ਦੇਖ ਹੀ ਲੈਣੀ ਆ ਕਈ ਵਾਰੀ ਫੰਕਸ਼ਨ ਹਾਏ ਨੀ ਮੈਂ ਮਰ ਜਾ ਨੀ ਮਰ ਗਿਆ ਐਡਾ ਕੁੱਤਾ ਬੰਦਾ ਨੀ ਨੀ ਕੌਣ ਮਰ ਗਿਆ ਖਾ ਲਿਆ ਭੈਣੇ ਨੇ ਤੇ ਮੈਨੂੰ ਮਲੰਗ ਨੇ ਖਾ ਲਿਆ ਮੈਨੂੰ ਨੀ ਮੈਨੂੰ ਗੱਲ ਤਾਂ ਦੱਸ ਦੇ ਗੱਲ ਕੀ ਕੰਮ ਜਾਣਾ ਸੀ ਜ਼ਰੂਰੀ ਕਚਹਿਰੀਆਂ ਚ ਤੁਸੀਂ ਆਧਾਰ ਕਾਰਡ ਬਣਾਉਣਾ ਸੀ ਮੇਰਾ ਆਧਾਰ ਕਾਰਡ ਅੱਛਾ ਹੋ ਗਿਆ ਅੱਗ ਲੱਗਣਾ ਤੇ ਸੰਭਾਲ ਕੇ ਰੱਖ ਜਾ ਕਰ ਖੋ ਗਿਆ ਨੀ ਭੈਣੇ ਚੇਤਾ ਨਹੀਂ ਹੈਗਾ ਭੁੱਲ ਗਈ ਧਰਕੇ ਕਿਤੇ ਤੇ ਕਹਿੰਦਾ ਅੱਜ ਤਾਂ ਐਤਵਾਰ ਹੈ ਐਡਾ ਕੰਜਰ ਹੈ ਜਿੱਡਾ ਵੀ ਕਹਿ ਦੇ ਨਹੀਂ ਭੈਣੇ ਬਾਲੀਆਂ ਗਾਲਾਂ ਕੱਢਦੀ ਆ ਤੂੰ ਤਾਂ ਇੰਨਾ ਚੰਗਾ ਗਾ ਉਹ ਵੀ ਗਾਲਾਂ ਕੱਢੀ ਜਾਂਦੀ ਰਹਿਣੀ ਆ ਚੰਗਾ ਤੂੰ ਲੈ ਜਾ ਕੋਈ ਨਹੀਂ ਮੈਨੂੰ ਤਾਂ ਅੰਦਰੋਂ ਅੰਦਰੀ ਤਾਂ ਮੈਨੂੰ ਵਧੀਆ ਵੀ ਲੱਗਦਾ ਐ ਕਰ ਫਿਰ ਉਹਨੂੰ ਤੂੰ ਲੈ ਜਾ ਤੇਰੇ ਘਰ ਵਾਲਾ ਨਾਲੇ ਰੋਜ਼ ਜਾਂਦਾ ਦਿਹਾੜੀ ਤੇ ਜੇ ਹੋਰ ਨਹੀਂ 800 ਰੁਪਏ ਲਿਆਉਂਦਾ 800 ਖਾਊਗਾ 400 ਤਾਂ ਮੈਨੂੰ ਦੇਊਗਾ ਹੀ ਨਹੀਂ ਗੁੱਸਾ ਨਹੀਂ ਕਰਦੀ ਸੱਚ ਬਣਾ ਨਹੀਂ ਭੈਣੇ ਮੈਂ ਤਾਂ ਕਹਿੰਨੀ ਆ ਜੇ ਇਹਨੂੰ ਕੋਈ ਲਿਜਾ ਕੇ ਰਾਜੀ ਚੱਲ ਕੋਈ ਨਾ ਆਪਾਂ ਬਦਲ ਲੈਣ ਅੜੀਏ ਮੇਰੇ ਵਾਲਾ ਤੂੰ ਲੈ ਲਈ ਤੇਰੇ ਬਦਲ ਲਾ ਇੱਕ ਵਾਰੀ ਮੈਨੂੰ ਜ਼ਮੀਨ ਜੀ ਨੋ ਕਰਾ ਲੈਣ ਦੇ ਮੇਰੇ ਫਿਰ ਲੈ ਜੀ ਨਾ ਇਹ ਨਹੀਂ ਜ਼ਮੀਨ ਜਮੁਨ ਤਾਂ ਫਿਰ ਨਾਲ ਹੀ ਲੈ ਕੇ ਜਾਵਾਂਗੇ ਜ਼ਮੀਨ ਨਾ ਕਿਤੇ ਤੈਨੂੰ ਜ਼ਮੀਨ ਪਿੱਛੇ ਤਾਂ ਮੈਂ ਆਪ ਹੀ ਮਰਦੀ ਜੀ ਉਨੀ ਫਿਰਦੀ ਆ ਪੜੀਏ ਬਸ ਫਿਰ ਤਾਂ ਤੂੰ ਉਸੇ ਨੂੰ ਰੱਖ ਲੈ ਰਹਿਣ ਦੇ ਮਨ ਤਾਂ ਆਪਦੀ ਸਾਂਢ ਨਾ ਰਹੀ ਤੂੰ ਕਿ ਨਹੀਂ ਬਦਲਦੀ ਭੈਣੇ ਮੈਂ ਤਾਂ ਆਪ ਹੀ ਨਹੀਂ ਬਦਲਦੀ ਮੈਂ ਤਾਂ ਕੋਈ ਨਹੀਂ ਬਦਲਦੀ ਮੈਂ ਤਾਂ ਚੌੜ ਕਰਦੀ ਆ ਚੌੜ ਨਾ ਫਿਰ ਤੂੰ ਲੜਦੀ ਕਿਉਂ ਹੁੰਨੀ ਉਹਦੇ ਨਾਲ ਲੜਦੇ ਨਹੀਂ ਉਹ ਤਾਂ ਅਸੀਂ ਪਿਆਰ ਕਰਦੇ ਆ ਪਿਆਰ ਚ ਲੜਦੇ ਆ ਪਿਆਰ ਬਾਲਾ ਸਾਡਾ ਬਾਲਾ ਪਿਆਰ ਕਰਦੀ ਆ ਮੈਨੂੰ ਐ ਤਾਂ ਮੈਨੂੰ ਪਤਾ ਹੈਗਾ ਤੂੰ ਸਮਝਦੀ ਤਾਂ ਬਹੁਤ ਆ ਉਹਨੂੰ ਹੋਰ ਉੱਤੋਂ ਲੜਦੀ ਰਹਿੰਦੀ ਆ ਐ ਲਾ ਲਾ ਚੱਲ ਹੁਣ ਤਾਂ ਜਿੰਨਾ ਲੜਦੇ ਹੁੰਦੇ ਉਹਨਾਂ ਪਿਆਰ ਹੁੰਦਾ ਹੈ ਨਾ ਦੋਨਾਂ ਚ ਹੁਣ ਤੂੰ ਵਗ ਜਾ ਫਿਰ ਜਾਵੇਂਗੀ ਮੱਸਿਆ ਤੇ ਨਹੀਂ ਤੂੰ ਤਾਂ ਕੱਢਦੇ ਜਦ ਧੱਕੇ ਦੇ ਕੇ ਲੈ ਨਾ ਨਾ ਲੇਟ ਹੁੰਦੀ ਆ ਫਿਰ ਬੱਸ ਨਹੀਂ ਆਉਂਦੀ 10 ਵਾਲੀ ਲੰਘ ਜੂ ਨਾ ਹੁਣ ਤੂੰ ਜਾਂਦੀ ਨਹੀਂ ਮੇਰੇ ਨਾਲ ਨਾ ਮੈਂ ਜਾਂਦੀ ਅੱਜ ਤਾਂ ਮੈਂ ਉਸੇ ਨੂੰ ਨਵਾ ਕੇ ਲਿਆਉਣ ਵਾਲੇ ਨਾਲ ਮਹਾ ਚੱਲ ਸੌਂਦ ਕੇ ਮੱਸਿਆ ਚੰਗਾ ਹੂੰ ਹੀ ਨਾ ਲੜਪੀ ਉਹਦੇ ਨਾਲ ਨਹੀਂ ਮੈਂ ਤਾਂ ਨਹੀਂ ਮੈਨੂੰ ਡੁੱਕੀਆਂ ਲਵਾ ਕੇ ਲਿਆਉਣ ਨਵਾ ਲਿਆਉ ਮਹੀਨਾ ਮਹੀਨਾ ਚੱਲ ਜਾਂਦਾ ਫਿਰ ਮੈਂ ਤਾਂ ਕੱਲੂ ਕੋਈ ਜਾ ਕੇ ਆਉਣੀ ਆ ਫਿਰ ਹੋਰ ਕੀ ਆ ਹਾਂ ਨਹੀਂ ਮੈਂ ਤਾਂ ਮਜ਼ਾਕ ਕਰੀ ਜਾਂਦੀ ਸੀ ਉਹਦੀ ਤਾਂ ਉਹੀ ਚੌੜਦੀ ਆਦਤ ਆ ਤੈਨੂੰ ਪਤਾ ਜਦੋਂ ਮੈਂ ਆ ਜਾਂਦੀ ਹਾਂ ਉਹੀ ਲੱਗ ਜਾਂਦਾ ਤੇ ਹਿੱਡਾਈਆਂ ਕਰਨ ਹਾਂ ਹੋਰ ਇੱਕ ਤਾਂ ਸੋਹਣੀ ਵਾਲੀ ਆ ਭੈਣੇ ਫਿਰ ਕੀ ਹੋਰ ਲੈ ਮੈਂ ਤਾਂ ਸਾਰਾ ਪਿੰਡ ਕਹਿੰਦਾ ਇੰਨੀ ਸੋਹਣੀ ਆ ਸਹੀ ਗੱਲ ਡੋਰੀ ਡੋਰੀ ਪਾ ਕੇ ਰੱਖਿਆ ਕਰ ਆਪਦੇ ਆਪ ਨੂੰ ਪਾਡੀ ਬਣੀ ਜਾਂਦੀ ਹੈ ਸੋਹਣੀ ਆ ਚੰਨੀ ਬਸ ਤੂੰ ਹੀ ਰਹਿ ਗਈ ਹੋਰ ਤਾਂ ਮਰੀ ਗਈ ਕੋਈ ਨਾ ਆਉਣ ਦੇ ਇਹਨੂੰ ਇਹਨੂੰ ਮੈਂ ਬਣਾਉਣੀ ਆ ਬੇਲੀ ਹਾਂਜੀ ਹਾਂਜੀ ਨਾਲੇ ਆ ਕੁੜਤੇ ਪਜਾਮੇ ਜੇ ਨਾ ਪਾ ਕੇ ਆਇਓ ਵਧੀਆ ਪੈਂਟ ਕੋਟ ਪਾ ਕੇ ਆਇਓ ਕਿਉਂਕਿ ਵੱਡੇ ਵੱਡੇ ਬੰਦੇ ਆਉਣੇ ਨਾ ਉੱਥੇ ਠੀਕ ਆ ਕਿਤੇ ਹੋਰ ਬੇਇੱਜ਼ਤੀ ਕਰਵਾ ਕੇ ਰੱਖ ਦਾ ਚੱਲ ਠੀਕ ਆ ਮੇਰੇ ਕੋਲੇ ਵੀ ਇੰਨਾ ਟਾਈਮ ਜਿਹਾ ਨਹੀਂ ਹੈਗਾ ਗੱਲ ਕਰਨ ਦਾ ਬਾਕੀ ਮੈਂ ਸ਼ਾਮ ਨੂੰ ਸਾਰੀ ਗੱਲ ਸਮਝਾ ਦੂੰਗੀ ਠੀਕ ਆ ਓਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਓ ਮਾਤਾ ਆਪਣਾ ਅੱਕਿਆ ਪਿਆ ਯਾਰ ਕੁੜਤਿਆ ਪਿਆ ਮਾਇਆ ਤੇ
ਹੋਰ ਮੈਂ ਰਾਜਨੀਤੀ ਕਰਕੇ ਨਾ ਅੱਛਾ ਆ ਪਾਉਣੇ ਪੈਂਦੇ ਆ ਉਦੋਂ ਮੈਂ ਪੈਂਟ ਸ਼ਰਟ ਦਾ ਸਕੀਨ ਆ ਮੈਂ ਤਾਂ ਆਪ ਪੈਂਟ ਕੋਟ ਪਾ ਕੇ ਰਾਜੀ ਆ ਤੇ ਸੋਨੂੰ ਪਸੰਦ ਆ ਪੈਂਟ ਕੋਟ ਪੈਂਟ ਕੋਟ ਹੋਰ ਫੰਕਸ਼ਨ ਹੈਗਾ ਛੋਟਾ ਜਿਹਾ ਘਰੇ ਰੱਖਿਆ ਹੋਇਆ ਮੈਂ ਆਖਾ ਕੁੜਤੇ ਪਜਾਮੇ ਜੇ ਨਾ ਪਾ ਕੇ ਆਇਓ ਹੋਰ ਬੇਇੱਜ਼ਤੀ ਕਰਵਾ ਨਹੀਂ ਨਹੀਂ ਮੈਂ ਹੁਣ ਪੈਸੇ ਲੱਤ ਕਦੋਂ ਆ ਪ੍ਰੋਗਰਾਮ ਸੁਣਾ ਬਸ ਅੱਜ ਸ਼ਾਮ ਨੂੰ ਹੀ ਆ ਸ਼ਾਮ ਨੂੰ ਆ ਬਸ ਫਿਰ ਮੈਂ ਹੁਣੀ ਜਾਣਾ ਫਿਰ ਮੈਂ ਪੈਂਟ ਨਾ ਤੁਸੀਂ ਵੀ ਪੈਂਟ ਕੋਟ ਹੀ ਪਾ ਕੇ ਆਇਓ ਹਾਂ ਜ਼ਰੂਰ ਜ਼ਰੂਰ ਤੁਸੀਂ ਛੋਟੀ ਪਸੰਦ ਹੈ ਤੇ ਮੇਰੀ ਪਸੰਦ ਹੈ ਇੱਕੋ ਗੱਲ ਬਾਤ ਆ ਹਾਂ ਇਹ ਤਾਂ ਹੈ ਆਨੇ ਢੋਲੀ ਜੀ ਚਗੀਰੀ ਫਿਰਦੇ ਹੋ मेरे घर आली हुण लवाउण नूं फिरदे जमीन तू सही दस दा तेरे नाम मेरे नाम ते हैगी आ अच्छा आप दे नाल लवाउंदी आ मैं करदा सोनू प्यार हां हां मैं सोनू तेरे नाल ब्याह करवाना चाहुंदा ते मैं आपदे घर आली नूं छड्डना जाणा दस मेरे नाल कराएंगी ना ब्याह मतलब तू तलाक नहीं देना चाहुंदा हैना बेइज्जती करवा दे नहीं 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 मैं कल ही आऊंगा चल ठीक है सोना जा बन के आ जी ना ना हुन पेंट शर्ट ही लाऊंगा तू देखी जाई पूरा बब बन के आऊंगा ओदे राजनीति करके मैं कैप है ता करके बने दे ओ नहीं तन्नू मैं वोटा बाटा दबा दूंगी दस दूंगी वे सरपंच बनूंगा भी काम बहुत बढ़िया करता है बस मुख मेहमान दी तरह कर ले पे कार्ड ते लिखवा ली मैं कार्ड ते तेरा नाम लिखाऊंगी कार्ड ते की लिखवाएगा कार्ड ते हाथ में प्रोग्राम चल मैं चला जाऊंगा सब ते कर दूंगी सारे नु दूंगी भाई वे चन्नी मुख्यमंत्री जाऊंगा हां ठीक है ठीक है ठीक है ठीक है ठीक आहो दही खड़ा तलाक हो करवाऊगा मेरे ना ब्याह गल ही नहीं तीन महीने हो गए लारे लाने अज नहीं छड़ती इन आ जा सही एक बारी जिन्ना पतला डंडा ना उन्नी ही हड्ड सेकू याद करा ਦਿਮਾਗ ਚ ਮੈਂ ਤਾਂ ਐਤਵਾਰ ਹੀ ਆ ਛੁੱਟੀਆਂ ਤਾਂ ਕਿ ਪਤਾ ਨਹੀਂ ਲੱਗਿਆ ਤੈਨੂੰ ਤਾਂ ਸਾਰੀ ਐਤਵਾਰ ਲੱਗਦੇ ਨੇ ਤੂੰ ਐਂ ਦੱਸ ਦੇ ਮੈਨੂੰ ਜ਼ਮੀਨ ਨਾ ਕਰਾਉਣੀ ਹੈ ਕਿ ਮੈਂ ਲਾਵਾਂ ਤੇਰੇ 5-6 ਦਿਨ ਨਹੀਂ ਗੁੱਸਾ ਕਿਵੇਂ ਜ਼ਮੀਨ ਤੇਰੇ ਨਾਮ ਹੀ ਲ
चल 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 सारा कुछ फिर मैं कपड़े भी ले आना यार पेंट शर्ट देखना पेंट शर्ट ओ यार मेरा जी जक है पे यार फिर चला गे पटवारी सामने तहसीलदार फोटो खिंचने गए ऑनलाइन काम है पहले लिखत लिखा करा ला मैं चंगा हां रख बस हम तेरा पक्का लाइक कर देना मैं यकीन मैं
ਕੀ ਕਰੇ ਜਿੰਦਰਾ ਤੂੰ ਤਾਂ ਪੈਂਟਾ ਸ਼ਰਟਾ ਪਾਉਣਾ ਫਿਰਨਾ ਕੁੜਤੇ ਪਜਾਮੇ ਛੱਡ ਕੇ ਤੂੰ ਤਾਂ ਮੇਰਾ ਦਿਲ ਤੋੜਤਾ ਓਏ ਯਾਰ ਮੈਂ ਜੀ ਜੱਕਾ ਬਤਾਰ ਕੇ ਲੋਕ ਕਹਿੰਦੇ ਤੂੰ ਸੋਹਣਾ ਸੁਨੱਕਾ ਪੈਂਟ ਸ਼ਰਟ ਵੀ ਪਾਇਆ ਕਰ ਜਦ ਮੇਰੇ ਪਾਪੇ ਨੇ ਤੈਨੂੰ ਪਸੰਦ ਕਰਿਆ ਸੀ ਨਾ ਉਹ ਐਂ ਕਹਿੰਦਾ ਸੀ ਵੀ ਪਰੋਣਾ ਕੁੜਤਾ ਪਜਾਮਾ ਪਾਉਂਦਾ ਨਾਲੇ ਪੱਗ ਬੰਨਦਾ ਸਾਨੂੰ ਕੀ ਪਤਾ ਸੀ ਤੂੰ ਆ ਜਲੂਸ ਦਿਖਾਵੇਂਗਾ ਹੁਣ ਲੋਕਾਂ ਨੂੰ ਉਹ ਕੋਈ ਗੱਲ ਨਹੀਂ ਇੱਕ ਦਿਨ ਹੀ ਪਾਉਂਗਾ ਪੈਂਟ ਸ਼ਰਟ ਮੈਂ ਮਾੜਾ ਪ੍ਰੋਗਰਾਮ ਜਾਏਗਾ ਉੱਥੇ ਜਾ ਕੇ ਆਉਣਾ ਮੈਂ ਕੋਈ ਗੱਲ ਨਹੀਂ ਉਹ ਕਹਿੰਦਾ ਪੈਂਟ ਸ਼ਰਟ ਹੀ ਪਾ ਕੇ ਆਉਣਾ ਪ੍ਰੋਗਰਾਮ ਨੂੰ ਦੱਸ ਤੂੰ ਕੱਟਾ ਬਿਆ ਹੈਂਗਾ ਜਾ ਵਗ ਜਾ ਉਹ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਤੇਰਾ ਪੱਕਾ ਲਾਇਆ ਕਰਕੇ ਆਉਂਗਾ ਮੈਂ ਚੰਗਾ ਮੈਡਮ ਜੀ ਸਤਿ ਸ੍ਰੀ ਅਕਾਲ ਕਿੱਧਰ ਛੁੱਟੀ ਹੋ ਗਈ ਹਾਂਜੀ ਹੋਰ ਕਿਵੇਂ ਆ ਵਧੀਆ ਠੀਕ ਠਾਕ ਆ ਕੀ ਲਈ ਫਿਰਦੇ ਉਹੀ ਕੰਮ ਕਰਕੇ ਆਇਆ ਉਹ ਕਾਜ ਤਲਾਕ ਦੇ ਕਾਜ ਪੱਤਰ ਤਿਆਰ ਕਰਾ ਕੇ ਆਇਆ ਹੋਰ ਸੱਚੀ ਹੋਰ ਚਲ ਆ ਤਾਂ ਤੈਨੂੰ ਬੜਾ ਵਧੀਆ ਕੀਤਾ ਦੇਖਾਂ ਹੋਰ ਪੱਕਾ ਕੰਮ ਕਰਾ ਗਿਆ ਜੀ ਉੱਤੇ ਜ਼ਮੀਨ ਵਾਲਾ ਯਾਰ ਹਾਂ ਉਹਦੇ ਵਾਲੇ ਆ ਚੱਲ ਛੱਡ ਪਰੇ ਮੈਂ ਇੱਥਾ ਕੀ ਲੈਣੇ ਤੇ ਕੰਮ ਹੋ ਗਿਆ ਚੱਲ ਵਧੀਆ ਹਾਂ ਚਲ ਇਹ ਤਾਂ ਵਧੀਆ ਹੋ ਗਿਆ ਹੁਣ ਤੇਰੇ ਕਰਕੇ ਦੇਖ ਲੈ ਕਿੰਨੇ ਪਾਪੜ ਵੇਲਣੇ ਪੈ ਰਹੇ ਮੈਨੂੰ ਚਲ ਫਿਰ ਮੈਂ ਨਹੀਂ ਤੇਰੇ ਖਾਤਰ ਐਡਾ ਵੱਡਾ ਰਿਸਕ ਲਿਆ ਸੀਗਾ ਘਰੇ ਵੀ ਨਹੀਂ ਗੱਲ ਦੱਸਿਆ ਕਿਸੇ ਨੂੰ ਇੰਨੇ ਰਿਸ਼ਤੇ ਮੋੜ ਤੇ ਚੱਲ ਮੇਰੇ ਕਰਕੇ ਮੋੜੇ ਚੱਲ ਹੋਰ ਨਾ ਅੱਜ ਸ਼ਾਮ ਨੂੰ ਜ਼ਰੂਰ ਆ ਜੀ ਪੈਂਟ ਸ਼ਰਟ ਪਾਇਆ ਹੀ ਉਹ ਜ਼ਰੂਰ ਆਉਂਗਾ ਤੇਰੇ ਕਰਕੇ ਪੈਂਟ ਸ਼ਰਟ ਲੈਣ ਜਾਂਦਾ ਪਿਛੇ ਨਾਲ ਆ ਕਾਜ ਪੱਤਰ ਕਰਾ ਹੋ ਪੈਂਟ ਸ਼ਰਟ ਲੈਣ ਜਾਂਦਾ ਤੇ ਉਹਨੂੰ ਸ਼ੱਕ ਤਾਂ ਨਹੀਂ ਹੋਇਆ ਨਾਲੇ ਓਏ ਉਹਨੂੰ ਕਿੱਥੇ ਸ਼ੱਕ ਹੁੰਦਾ ਓਏ ਜਿਹਨਾਂ ਮੈਂ ਵੇਚ ਕੇ ਆਇਆ ਮੋਕੇ ਦੀ ਮੰਡੀ ਤੇ ਸ਼ੱਕ ਸ਼ੁੱਕ ਕਿੱਥੇ ਹੁੰਦੇ ਫਿਰ ਤਾਂ ਠੀਕ ਹੈ ਬਸ ਤੂੰ ਨਾ ਸ਼ੱਕ ਹੋਣ ਦੀ ਕਿਸੇ ਨੂੰ ਨਾ ਨਾ ਮੈਂ ਨਹੀਂ ਸ਼ੱਕ ਹੋਣ ਦਿੰਦੀ ਕਿਸੇ ਨੂੰ ਵੀ ਬਸ ਉਹਨੂੰ ਵੀ ਪਤਾ ਲੱਗੇ ਪਾਪਾ ਵਿਆਹ ਕਰਾ ਲਿਆ ਬਸ ਉਹਨੂੰ ਤਲਾਕ ਕਰੇ ਤਾਂ ਤੇ ਵਿਆਹ ਕਰਾ ਲਿਆ ਬਸ ਠੀਕ ਹੈ ਤੇ ਪੱਕਾ ਹੁਣ ਕੱਲ ਨੂੰ ਹਾਂ ਪੱਕਾ 100% ਆ ਤੇ ਕਰਕੇ ਲੈ ਹੁਣ ਤੇਰੇ ਸਾਹਮਣੇ ਤੂੰ ਪੜ੍ਹੀ ਲਿਖੀ ਹੈਗੀ ਬਸ ਯਾਰ ਪੜੋ ਯਕੀਨ ਤਾਂ ਮੈਨੂੰ ਹੈਗਾ ਹੈ ਵਿਸ਼ਵਾਸ ਸੀ ਮੈਨੂੰ ਤੇਰੇ ਤੇ ਵੀ ਤੂੰ ਕੰਮ ਕਰ ਦੇਂਗਾ ਹਾਂ ਮੈਨੂੰ ਤੇਰੇ ਤੇ ਬਹੁਤ ਯਕੀਨ ਆ ਬਸ ਫਿਰ ਤੇਰੇ ਕਰਕੇ ਤਾਂ ਮੈਂ ਇੰਨੇ ਰਿਸ਼ਤੇ ਮੋੜਤੇ ਬਸ ਠੀਕ ਹੈ ਧੰਨਵਾਦ ਉਹ ਮੇਰੇ ਕਰਮਾਂ ਚ ਲਿਖੀ ਆ ਉਹਨਾਂ ਦੇ ਕਰਮਾਂ ਚ ਹੈ ਨਹੀਂ ਕਿਤੇ ਸੰਜੋਗ ਲੱਗਿਆ ਤਾਂ ਉੱਥੀ ਮਿਲਦਾ ਹੁੰਦਾ ਨਾਲੇ ਕੀ ਆ ਕੁੜਤੇ ਪਜਾਮੇ ਜੇ ਪਾਉਨੇ ਉਹ ਵਧੀਆ ਪਵਾਇਆ ਕਰੂੰ ਪੈਂਟਾਂ ਸ਼ਰਟਾਂ ਹਾਂ ਬਸ ਤੇਰੇ ਕਰਕੇ ਪੈਂਟਾਂ ਸ਼ਰਟਾਂ ਪਾ ਕੇ ਨਜ਼ਾਰੇ ਲਿਆ ਕਰੂੰ ਠੇਕਾ ਆ ਕਰੂਗਾ 12 ਕਿਲੇ ਮੈਂ ਪਵਾਉਣੀ ਤੈਨੂੰ ਪੈਂਟਾਂ ਸ਼ਰਟਾਂ ਉਹ ਕੀ ਕਹਿ ਕੁਛ ਬੋਲੇ ਜੀ ਨਹੀਂ ਨਹੀਂ ਮੈਂ ਤਾਂ ਕੁਛ ਨਹੀਂ ਬੋਲੀ ਮੈਂ ਤਾਂ ਕਹਿੰਦੀ ਸੀ ਮਾਲਾ ਸੁਣ ਪੈਂਟਾ ਸ਼ਰਟਾ ਦਵਾ ਦਾਂਗੀ ਆਪ ਚੱਲੀ ਨਾ ਪੈਂਟ ਸ਼ਰਟਾ ਲੈਣ ਮੈਂ ਕਹਿੰਦੀ ਟਾਈਮ ਹੈਗਾ ਤੁਹਾਡੇ ਕੋਲ ਮੇਰੇ ਕੋਲ ਤਾਂ ਵਾਧੂ ਟਾਈਮ ਆ ਆਪ ਚੱਲੀ ਚਲ ਫਿਰ ਦਵਾਈ ਲਿਆਉਣੀ ਹੈ ਹੈ ਦਵਾ ਲਾਉਣੀ ਚਲ ਆਏ ਫਿਰ ਚੱਲ ਚਲੋ ਆਏ ਉਹ ਮੈਂ ਕਹਿੰਦਾ ਯਾਰ ਕਈ ਵਾਰੀ ਪਤਾ ਨਾ ਲੱਗ ਜਿਆ ਕਿਤੇ ਉਹ ਨਾ ਤੇਰੀ ਮੈਡਮ ਮਗਰ ਆ ਜੇ ਫਿਰ ਨਾ ਪੰਗਾ ਪੈ ਜੇ ਸਾਰਾ ਕਰੇ ਕਰਾਏ ਤੇ ਉਹ ਹੋ ਜੇ ਤੁਸੀਂ ਜਾਓ ਮੈਂ ਚਲ ਐਂ ਕਰੀ ਤੂੰ ਸ਼ਾਮ ਨੂੰ ਫਿਰ ਪੱਕਾ ਆ ਜੀ ਮੈਂ ਤੇ ਫੋਟੋ ਭੇਜੂਗਾ WhatsApp ਤੇ ਚੰਗਾ ਪਸੰਦ ਕਰ ਲਈ ਕਿਹੜੀ ਹਾਂ ਹਾਂ ਤੂੰ ਮੈਨੂੰ ਫੋਟੋਆਂ ਪਾ ਦੇ ਹਾਂ ਤੂੰ ਪਸੰਦ ਕਰ ਲਈ ਤੇਰਾ ਕਿਹੜਾ ਫੇਵਰਟ ਕਲਰ ਨਾ ਠੀਕ ਹੈ ਉਹ ਲੈ ਕੇ ਆਉਂਗਾ ਠੀਕ ਹੈ ਠੀਕ ਹੈ ਚਾ ਠੀਕ ਹੈ ਚੰਗਾ ਓਕੇ ਬਾਏ 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 ਆਏ ਹਾਏ ਹੈਲੋ ਹਾਂ ਹਾਂ ਪਾਪੇ ਠੀਕ ਆ ਚੰਨੀ ਨੇ ਕੀ ਕਰਨਾ ਕਾਗਜ਼ ਪੱਤਰ ਜੇ ਤਿਆਰ ਕਰਾਉਣ ਗਿਆ ਸੇਵਾ ਤਾਂ ਬਥੇਰੀ ਕਰਦੀ ਆ ਜੇ ਸੇਵਾ ਦਾ ਮੁੱਲ ਪਾਵੇ ਕੋਈ ਫੇਰ ਹੀ ਆ ਕੋਈ ਨਾ ਬਾਪੂ ਤੂੰ ਜਮਾ ਵੀ ਸੋਚ ਨਾ ਕਰ ਇੱਕ ਵਾਰੀ ਜ਼ਮੀਨ ਨਾ ਲੱਗ ਜਾਣ ਦੇ ਫੇਰ ਦੇਖੀਂ ਤੇ ਸੇਵਾ ਮੈਂ ਆਪਦੀ ਕਿਵੇਂ ਕਰਾਇਆ ਕਰੂੰ ਕਿਉਂ ਹੋਰ ਫਿਰ ਸਾਰੇ ਘਰ ਦੇ ਕੰਮ ਇਹੀ ਕਰੂਗਾ ਹੁਣ ਤਾਂ ਮੈਂ ਜਮੀ ਵੀ ਨਹੀਂ ਕੁਛ ਬੋਲਦੀ ਸੌਂ ਲੱਗੇ ਮੈਨੂੰ ਪਤਾ ਮੈਂ ਕਿਵੇਂ ਮਰਿਆ ਵਾਂਗੂ ਜਿਉਂਨੀ ਔਰ ਇੱਕ ਬਸ ਐ ਵੀ ਘਰ 'ਚ ਬੈਠੀ ਆ ਕੋਈ ਨਾ ਤੂੰ ਨਾ ਪਾਪੇ ਸੋਚ ਕਰਿਆ ਕਰ ਬਿਮਾਰ ਹੋ ਜਾਏਗਾ ਲਵਾਊਗਾ ਜ਼ਮੀਨ ਤਾਂ ਨਾ ਲਵਾਉਂਦਾ ਤਾਂ ਕਿਉਂ ਨਹੀਂ ਠੀਕ ਆ ਬਣਾ ਦਿੰਦੀ ਹੁੰਦੀ ਆ ਆਹ ਮਿੱਠੀਆਂ ਚੀਜ਼ਾਂ ਖੀਰ ਖੁਰ ਬਥੇਰੀ ਬਣਾ ਕੇ ਖਵਾਉਂਦੀ ਆ ਚੱਲ ਚੰਗਾ ਪਾਪੇ ਠੀਕ ਆ ਜਾਇਆ ਕਿਹੜਾ ਕੰਮ ਜਾ ਓਹੋ ਕਿਹਦੇ ਨਾਲ ਕਿਹੜੇ ਗੱਲੇ ਕਰਾਂ ਕਰੀ ਨਹੀਂ ਆ ਤੇਰੇ ਸਹੁਰੇ ਦਾ ਫੋਨ ਸੀ ਡੈਡੀ ਮੇਰੇ ਨਾਲ ਕਰਾਂ ਦੀ ਗੱਲ ਪਹਿਲੇ ਘਟਤਾ ਫੋਨ ਵੀ ਗੱਲ ਨਾ ਕਰ ਲੈ ਲਾਵਾਂ ਦਾ ਬਾਹਰ ਚੱਲ ਰਹਿਣ ਦੇ ਹੁਣ ਤੇ ਚੱਲ ਆ ਦੇਖ ਮੇਰਾ ਕੱਪੜੇ ਦੇਖ ਪਹਿਲਾਂ ਤੂੰ ਆ ਲੈ ਮੈਂ ਕੱਪੜੇ ਪੂਰੇ ਘੈਂਟ ਦੇਖ ਆ ਸ਼ਰਟ ਆ ਆ ਜਮਾ ਤੇਰੇ ਨਾਲ ਮੈਚਿੰਗ ਕਰਕੇ ਲਿਆ ਪੈਂਟ ਸ਼ਰਟ ਤੇਰੇ ਸੂਟ ਨਹੀਂ ਜਿਹੜਾ ਬੈ ਇੰਨੇ ਮਹਿੰਗੇ ਕੱਪੜਿਆਂ ਨੂੰ ਕੀ ਸੀਗਾ ਹੈ ਉਹੀ ਪੈਸੇ ਖਰਾਬ ਕਰੀ ਜਿੰਨਾ ਸਰਪੰਚ ਪਤਾ ਨਹੀਂ ਬਣੇਗਾ ਪਤਾ ਨਹੀਂ ਨਾ ਉਹੀ ਮੋਰ ਉਹ ਯਾਰ ਪਹਿਲਾਂ ਕਿਉਂ ਬੋਲੀ ਜਾਨੀ ਤੇ ਹੋਰ ਫਿਰ ਤੂੰ ਵੀ ਪਹਿਲੀ ਮੋਰ ਨਹੀਂ ਮੰਗੋ ਪਹਿਲਾਂ ਪਾਉਂਦਾ ਫਰੀ ਇਹਨਾਂਗਾ ਜਦੋਂ ਹਾਰ ਗਏ ਸਾਰੇ ਖੰਭ ਜੇ ਤੇਰੇ ਖਿੰਡ ਜਾਣਗੇ ਉਰੇ ਨਾ ਤੂੰ ਪਹਿਲਾਂ ਸਰਪੰਚ ਸਰਪੰਚ ਕੇ ਤੇਰਾ ਵੀ ਨਹੀਂ ਪਤਾ ਲੱਗਦਾ ਉਹਦੀ ਪਤਾ ਜਾਨੀ ਆ ਯਾਰ ਆ ਪੈਂਟ ਕਿੰਨੀ ਮਹਿੰਗੀ ਤੈਨੂੰ ਕੀ ਪਤਾ ਓ ਯਾਰ ਮਹਿੰਗੀ ਮੈਂ ਕਹਾਂ ਰੋਜ਼ ਆਪਾਂ ਇੱਕ ਪੈਂਟ ਛੱਡ ਲੈਤੀ ਆ ਕੁੜਤੇ ਪਜਾਮ ਪਿਆਵਾ ਆਕ ਗਿਆ ਯਾਰ ਮੈਂ ਹਾਏ ਕਿੰਨੀ ਸੋਹਣੀ ਪੈਂਟ ਆ ਵੇ ਮੈਨੂੰ ਵੀ ਲਿਆ ਲੈਂਦਾ ਇੱਕ ਦੇਖ ਲਿਆ ਕਰ ਮੜਾ ਮਟਾ ਆਪਦਾ ਉਹ ਦੇਖ ਲਿਆ ਕਰ ਕੀ ਸੋਹਣੀ ਵੀ ਲੱਗਦੀ ਤੈਨੂੰ ਅੰਗਰੇਜ਼ਾਂ ਵਰਗੀ ਲੱਗਦੀ ਜਦੋਂ ਮੈਂ ਪੈਂਟ ਪਾ ਲਾਂ ਆਹੋ ਉਹ ਫਿਰ ਮੈਨੂੰ ਦੱਸ ਦਿੰਦੀ ਮੈਂ ਲੈ ਆਉਂਦਾ ਤੂੰ ਆ ਪਾ ਕੇ ਵੀ ਨਾਲੀ ਕੱਢਣ ਵਾਲੇ ਲੱਗੇਗਾ ਦੇਖ ਨਹੀਂ ਚਾਹੀ ਤੇਰੇ ਤਾਂ ਆਖਰੀ ਖਵਾਇਸ਼ ਮੈਂ ਤੇਰੀ ਪੂਰੀ ਕਰ ਦਿੰਦਾ ਤੂੰ ਤਲਾਕ ਦੇ ਦੇ ਉਹ ਅੱਜ ਇੱਕ ਹੋਰ ਵੀ ਕੰਮ ਆ ਦੇਖ ਕਾਇ ਪੱਤਰ ਤਿਆਰ ਕਰ ਲੈ ਮੈਂ ਆ ਦੇਖ ਆ ਕਰਾ ਲੈਨੇ ਹੁਣ ਸਾਈਨ ਕਰ ਦੇ ਤੇ ਠੀਕ ਆ ਚੰਗਾ ਆ ਲੈ ਸਾਈਨ ਮੰਨ ਲਿਆ ਮੈਂ ਪੈਨ ਲਿਆ ਮੈਂ ਪੈਨ ਪੇ ਕਿਤੇ ਲਿਆ ਹਾਂ ਲਿਆਉਣਾ ਮੈਨੂੰ ਕਿੱਥੇ ਆਉਂਦੇ ਨੇ ਮੈਨੂੰ ਤਾਂ ਕੱਲਾ ਉਹ ਪਾਉਣਾ ਹੁੰਦਾ ਸਾਰੀ ਪਾਉਣਾ ਹੋਈ ਪਹਿਲਾ ਅੱਖਰ ਆਉਂਦਾ ਮੈਨੂੰ ਤਾਂ
ਮੇਰੀ ਬੀਏ ਕਰੀ ਹੋਈ ਹੈ ਨਾਲੇ ਡਬਲ ਐਮਏ ਪਰ ਪੁਰਾਣੇ ਜ਼ਮਾਨੇ ਦੀ ਕਰੀ ਹੋਈ ਹੈ ਤੂੰ ਆਪਦੇ ਮੈਨੂੰ ਪਤਾ ਟੁੱਟੇ ਪਏ ਉਹੀ ਉਹੀ ਚੱਲੇ ਹੋਏ ਤੇਰੇ ਸਹਿਣ ਉਹੀ ਕਰਦੇ ਟੁੱਟੇ ਪੱਟੇ ਕਰਦੇ ਕਰਦੇ ਅੱਜ ਤੋਂ ਬਾਅਦ ਨਾ ਧੱਕੇ ਲੈ ਹੋਰ ਕਿੱਥੇ ਤੈਨੂੰ ਧੱਕੇ ਮਾਰ ਕੇ ਟੁੱਟੇ ਨਾ ਹੈ ਉਹ ਕੁਛ ਨਹੀਂ ਮੈਂ ਸਹਿਣ ਕਰਦੇ ਬੜੇ ਲਹੂ ਪੀਤਾ ਤੂੰ ਮੇਰਾ ਲੈ ਚੱਲ ਇੱਕੋ ਹੀ ਅੱਖਰ ਲਿਖਣਾ ਓਏ ਹਾਂ ਤੇਰੇ ਦੋ ਚਾਰ ਅੱਖਰ ਤੇ ਉਹ ਆ ਰੀਤ ਰਾਰੇ ਦੋ ਤੇ ਅੱਖਰ ਆ ਤੇਰੇ ਮੈਨੂੰ ਤਾਂ ਰਾਰੇ ਹੀ ਹੁੰਦਾ ਇਕੱਲਾ ਪਾ ਰਾਰੇ ਉਹ ਪੜ ਪਹਿਲੇ ਤਾਂ ਇਹ ਸਿਖਾਉਂਦੇ ਹੁੰਦੇ ਸਮੈਸਟਰ ਨੇ ਲੈ ਲੈ ਇਹ ਤਾਂ ਮੈਂ ਸਾਹਮਣੇ ਲਿਆ ਹੁਣ ਮੇਰੀ ਹੋ ਗਈ ਜ਼ਮੀਨ ਅਜੇ ਨਹੀਂ ਕੱਲ ਨੂੰ ਤਹਿਸੀਲਦਾਰ ਚੱਲਾਂਗੇ ਫੇਰ ਲੈ ਮੈਂ ਹੁਣ ਤਿਆਰ ਹੋਇਆ ਮੈਂ ਆਪਣੇ ਪ੍ਰੋਗਰਾਮ ਤੇ ਜਾ ਕੇ ਆਉਣਾ ਚੰਗਾ ਹਾਂ ਛੇਤੀ ਆ ਦੀ ਆ ਹਾਂ ਆ ਜੂ ਅਜ ਮੈਂ ਤਿਆਰ ਹੋਇਆ ਚੰਗਾ ਮੈਂ ਸੌਣੀ ਆ ਫਿਰ ਕੜੀ ਕਾ ਸੌ ਜਾ ਚੰਗਾ ਹਾਏ ਹਾਏ ਚੱਲ ਸ਼ੁਕਰ ਆ ਹਾਏ ਹਾਏ ਵੇ ਵੇ ਚੰਨੀ ਇੱਧਰ ਨੂੰ ਆ ਜਾ ਹਾਏ ਤੇ ਨਾਜ਼ਰ ਨਾ ਲੱਗ ਜੀ ਕਿੰਨਾ ਸੋਹਣਾ ਲੱਗਦਾ ਆ ਪੈਂਟ ਕਿੰਨੇ ਦੀ ਸੀ ਉਹ ਪੈ ਪੈਸੇ ਪੂਸੇ ਨਹੀਂ ਦੱਸੀ ਜਾਂਦੇ ਨਜ਼ਰ ਲੱਗ ਜਾਂਦੀ ਹੈ ਬਾਲਾ ਸੋਹਣਾ ਲੱਗਦਾ ਵੀ ਤੂੰ ਹੈ ਕਿਤੇ ਟੋਕ ਨਾ ਲੱਗ ਜੇ ਉਹਨਾਂ ਨੂੰ ਠੁ ਠੁ ਅੱਪਾ ਹਾਏ ਹਾਏ ਤੇਰੀ ਟੋਕ ਨਹੀਂ ਲੱਗਣੀ ਉਹ ਬੈਨ ਪਰਮ ਦੀ ਮਾਂ ਤੂੰ ਹਟ ਜਾ ਕਰ ਇਹ ਸੱਚੀ ਕਹਿੰਨੀ ਹੈ ਜੰਮੀ ਕਾਰਟੂਨ ਲੱਗਦਾ ਇੰਨਾ ਸੋਹਣਾ ਲੱਗਦਾ ਜੱਚਦਾ ਪੂਰਾ ਜੱਚਦਾ ਗੁੱਡੇ ਵਰਗਾ ਲੱਗਦਾ ਤੂੰ ਬੇਇੱਜ਼ਤੀ ਕੀਤੀ ਹੈ ਕਿ ਇੱਜ਼ਤ ਕੀਤੀ ਹੈ ਮੇਰੀ ਮੈਂ ਗੁੱਡੇ ਵਰਗਾ ਲੱਗਦਾ ਗੁੱਡੇ ਘੱਟ ਸੋਹਣੇ ਹੁੰਦੇ ਨੇ ਕੀ ਸੋਹਣੇ ਹੁੰਦੇ ਨੇ ਗੁੱਡੇ ਐਡੇ ਐਡੇ ਜਿਹੜੇ ਮਿਲਦੇ ਨਹੀਂ ਹੁੰਦੇ ਮੇਲਿਆਂ 'ਚ ਉਹ ਚਲ ਕੋਈ ਗੱਲ ਨਹੀਂ ਕਿਹਨੂੰ ਸੋਹਣਾ ਲੱਗਣਾ ਤਾਂ ਲੱਗਣਾ ਹੀ ਮੈਂ ਤੇ ਕਿਹਨੂੰ ਤਾਂ ਕੀ ਮਤਲਬ ਆ ਤੈਨੂੰ ਸੋਹਣਾ ਲੱਗਣਾ ਚਾਹੀਦਾ ਜੇ ਤੇ ਕੀ ਆਪਾਂ ਬਹਿ ਜਾ ਮੇਰੇ ਜੀ ਕਰਦੇ ਤੈਨੂੰ ਦੇਖ ਹੀ ਜਾਵਾਂ ਹੈ ਹੋਰ ਹੁਣ ਫਿਰ ਮੈਂ ਲੇਟ ਜਾ ਹੋਈ ਜਾਂਦਾ ਯਾਰ ਮੈਂ ਜਾ ਆਉਂਦਾ ਬੜਾ ਕੰਮ ਦੇਖੀ ਆਮ ਨਾ ਆ ਸੂਟ ਉਦੋਂ ਪਾਉਂਦੇ ਹੁੰਦੇ ਨੇ ਜਦੋਂ ਵਿਆਹ ਕਰਾਉਣ ਜਾਂਦਾ ਹੁੰਦਾ ਬੰਦਾ ਉਹ ਯਾਰ ਮੈਂ ਵਿਆਹ ਥੋੜੀ ਕਰਾਉਣ ਜਾਂਦਾ ਪਾਰਟੀ ਦੇ ਜਾਂਦਾ ਜਾਈ ਕਰਾਉਣ ਜਾਂਦਾ ਆ ਨਹੀਂ ਪਾਉਂਦਾ ਨਹੀਂ ਹੁੰਦਾ ਵਿਆਹ ਮੁੰਡਾ ਹਾਂ ਹਾਂ ਤੂੰ ਤਾਂ ਪਾਇਆ ਨਹੀਂ ਸੀ ਪਰ ਚੱਲ ਕੋਈ ਨਾ ਮਗਰੋਂ ਰੀਝ ਪੂਰੀ ਕਰੀ ਕੇ ਪਹਿਲਾਂ ਇੱਕੋ ਹੀ ਗੱਲ ਆ ਚੱਲ ਕੋਈ ਗੱਲ ਨਹੀਂ ਤੇਰੀ ਰੀਝ ਵੀ ਪੂਰੀ ਕਰ ਦੂੰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆਪਾਂ ਉਹ ਬਣਾਵਾਂ ਕੀ ਕਹਿੰਦੇ ਹੁੰਦੇ ਆ ਵਿਆਹ ਲਈ ਕੀ ਕਹਿੰਦੇ ਹੁੰਦੇ ਐਨੀਵਰਸਰੀ ਉਹ ਬਣਾਵਾਂਗੇ ਆਪਾਂ ਉਹ ਚ ਪਾਉਂਗਾ ਮੈਂ ਚੰਗਾ ਚੰਗਾ ਉਹਦੇ ਨਾਲ ਬਣਾਉਂਗਾ ਮੈਨੂੰ ਵੀ ਲੈ ਕੇ ਦੇਈ ਹੁਣ ਪੈਂਟ ਸ਼ਰਟ ਹਾਂ ਤੈਨੂੰ ਮੈਂ ਦੁਕਾਨ ਤੇ ਲੈ ਕੇ ਜਾਊਂਗਾ ਪੱਕਾ ਆਪੇ ਲਿਆ ਨਹੀਂ ਆਪਦੇ ਪਸੰਦ ਦੀ ਚੰਗਾ ਚੰਗਾ ਠੀਕ ਆ ਹੋਰ ਪਸੰਦ ਦੇ ਜਿਹੜੀ ਚੱਲੂ ਚਲ ਠੀਕ ਆ ਚੰਗਾ ਬਾਏ ਛੇਤੀ ਆ ਜੀ ਚੰਗਾ 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 ਟੋਕ ਨਾਲ ਵਾਲੀ ਇੱਥੇ ਤਵਾ ਪਿਆ ਹੋਣਾ ਉਹਨੂੰ ਮੁੱਦਾ ਕਰਕੇ ਤੇਲ ਲਾ ਕੇ ਉਹਤੇ ਕਾਲਾ ਟਿੱਕਾ ਲਾ ਕੇ ਬਗ ਜੀ ਚੰਗਾ ਚੰਗਾ ਆਹੋ ਉਹ ਬਰੇ ਬਾਹਰ ਨਿਕਲੋ ਕੌਣ ਹੈ ਜੀ ਸਰ ਜੀ ਕਿਸ਼ਤ ਵਾਸਤੇ ਆਏ ਹੋ ਜੀ ਉਹ ਕਿਹੜੀ ਕਿਸ਼ਤ ਸਰ ਜੀ ਕਿਸ਼ਤ ਕੋਈ ਗੱਲ ਨਹੀਂ ਅਸੀਂ ਭਰ ਦਾਂਗੇ ਤੇ ਨਾ ਥੋੜਾ ਜਿਹਾ ਕੰਮ ਜ਼ਰੂਰੀ ਹੋ ਗਿਆ ਸੀ ਉਧਰ ਚੱਲ ਗਏ ਸੀ ਪੈਸੇ ਤੇ ਪਲੀਜ਼ ਸਾਡੇ ਨਾਲ ਤੁਸੀਂ ਹੁਣ ਲੈ ਕੇ ਜਾਇਓ ਸਰ ਜੀ ਮਸ਼ੀਨ ਨਾਲ ਲੈ ਕੇ ਜਾਇਓ ਉਹ ਮੈਂ ਕਿਹੜਾ ਮਸ਼ੀਨ ਲੈਣਾ ਮੈਂ ਤੇਰੇ ਨੂੰ ਲਾਂਭਾ ਦੇਣ ਆਇਆ ਕੌਣ ਕੀ ਲਾਂਭਾ ਜੀ ਲਾਂਭਾ ਤੂੰ ਮੈਨੂੰ ਪਛਾਣਿਆ ਨਹੀਂ ਨਾ ਜੀ ਮੈਂ ਤਾਂ ਨਹੀਂ ਪਛਾਣਿਆ ਉਹ ਮੈਂ ਚੰਨੀ ਆ ਸਰਪੰਚ ਚੰਨੀ ਉਹ ਅੱਜ ਮੈਂ ਪੈਂਟ ਸ਼ਰਟ ਪਾਇਆ ਤਾਰ ਕੇ ਲੱਗਦਾ ਉਹ ਬਦਲਿਆ ਪਹਿਲਾਂ ਪੱਗ ਪੂਗ ਬੰਨਦਾ ਹੀ ਤਾਰ ਕੇ ਮੇਰਾ ਚੰਨੀ ਤਾਂ ਹੈ ਹੀ ਨਹੀਂ ਇਹੋ ਜਿਹਾ ਮੇਰਾ ਚੰਨੀ ਉਹ ਚੱਲ ਕੋਈ ਗੱਲ ਨਹੀਂ ਆਪਾਂ ਦੇ ਇਹਦਾ ਰੱਬ ਕਿਸੇ ਦਾ ਨਾ ਹੋਵੇ ਉਹਦੇ ਹੁੰਦੇ ਸੱਚੀ ਚੰਨੀ ਅੱਜ ਕੀ ਬਣਿਆ ਫਿਰਦਾ ਚੰਨੀ ਉਹ ਅੱਜ ਮੈਂ ਜੈਂਟਲਮੈਨ ਬਣਿਆ ਫਿਰਦਾ ਹਾਏ ਮੈਂ ਤਾਂ ਡਰਾ ਹੀ ਦਿੱਤਾ ਸੀ ਵੇ ਅੱਜ ਮੈਂ ਪਾਰਟੀ ਤੇ ਜਾਂਦਾ ਸੀ ਚੰਗਾ ਲੱਗਦਾ ਮੈਂ ਚੱਲ ਮੈਂ ਦੇਖੀ ਮੈਂ ਪਛਾਣ ਚਾਹੁੰਦਾ ਕਹਾਉਂਦਾ ਨਹੀਂ ਮੈਂ ਸੋਹਣਾ ਲੱਗਦਾ ਲੱਗਦਾ ਨਹੀਂ ਤਾਰ ਕੇ ਬਥੇਰਾ ਸੋਹਣਾ ਲੱਗਦਾ ਮੈਂ ਤਾਂ ਆਖਿਆ ਕਿਤੇ ਕੋਈ ਸਰ ਸੋਰਾ ਆ ਗਿਆ ਉਹ ਨਹੀਂ ਨਹੀਂ ਮੈਂ ਡਰੀ ਗਈ ਸੀ ਉਹ ਕਿਸ਼ਤਾਂ ਕੁਸ਼ਤਾਂ ਦੀ ਟੈਨਸ਼ਨ ਨਾ ਲੈ ਕੇ ਮੈਨੂੰ ਦੱਸਿਆ ਕਰ ਮੈਂ ਕਿਸ਼ਤਾਂ ਦਾ ਤੇਰੇ ਹੁਣ ਨੂੰ ਫ੍ਰੀ ਕਰਾਉਣ ਦਾ ਮਾਫ ਕਰਾਉਣ ਦਾ ਲਾਉਣਾ ਆ ਬੋਲ ਤੇਰੇ ਸ਼ਾਇਦ ਮੂੰਹ ਦੇ ਵਿੱਚ ਸ਼ੱਕਰਖੰਡ ਸ਼ੱਕਰਖੰਡ ਚੱਲ ਕੋਈ ਗੱਲ ਮੈਨੂੰ ਸੁਣ ਲੈ ਸ਼ੱਕਰ ਕਿਉਂ ਸ਼ੱਕਰ ਮੈਨੂੰ ਲਾਲਚੀ ਹੈ ਸ਼ੱਕਰ ਕਿਉਂ ਤੋ ਚਲੋ ਉਹਦੀ ਕੋਈ ਗੱਲ ਨਹੀਂ ਤੇ ਗੱਲ ਸੁਣ ਲੈ ਤੂੰ ਮੇਰੇ ਘਰ ਵਾਲੀ ਕੋਲ ਕੀ ਦੱਸ ਕੇ ਆਈ ਹੈ ਕਹਿੰਦੀ ਤੂੰ ਅੱਜ ਸੋਮਵਾਰ ਤੂੰ ਚੁੱਪ ਕਰ ਦੇ 2 ਮਿੰਟ ਤੈਨੂੰ ਪਤਾ ਮੇਰਾ ਪਤਾ ਦਾ ਹੈਗਾ ਸੁਭਾਅ ਬਾਰੇ ਬਈ ਮੈਂ ਉਹਨੂੰ ਕੀ ਕਹਿਤਾ ਕਹਿਣਾ ਕੀ ਤੂੰ ਕਹਿਦਾ ਵੀ ਅੱਜ ਸੋਮਵਾਰ ਆ ਤੇ ਫਿਰ ਸੋਮਵਾਰ ਹੀ ਕਿਹਾ ਸੀ ਮੈਂ ਹੋਰ ਕੀ ਕਹਾਂ ਮਾੜਾ ਝੂਠ ਮਾਰ ਲੈਂਦੀ ਬਈ ਝੂਠ ਮਾਰਿਆ ਸਾਰਾ ਕੰਮ ਗਲਤ ਕਰਿਆ ਹੀ ਤੂੰ ਨਾ ਤੂੰ ਕਿੱਧਰ ਨਿਕਲਣਾ ਸੀਗਾ ਸੋਮਵਾਰ ਕਹਤਾ ਫਿਰ ਮੈਂ ਉਹ ਮੈਂ ਜਾਣਾ ਸੀ ਅੱਜ ਤਾਂ ਹੀ ਤਾਂ ਤੇ ਉਹ ਆਇਆ ਜੱਜ ਸਰ ਕੇ ਹੁਣ ਮੈਂ ਵਿਆਹ ਕਰਾ ਰਿਹਾ ਕੀ ਦੇ ਨਾ ਵਿਆਹ ਨਹੀਂ ਨਹੀਂ ਉਹ ਮੈਂ ਕਿਹਾ ਵਿਆਹ ਦੀ ਪਾਰਟੀ 'ਚ ਜਾ ਰਿਹਾ ਮੈਂ ਕਿਤੇ ਸੱਚੀ ਤਾਂ ਨਹੀਂ ਵਿਆਹ ਕਰਾ ਰਿਹਾ ਉਹ ਨਹੀਂ ਨਹੀਂ ਵਿਆਹ ਕਰਾਉਂਗਾ ਬਸ ਕਿਸੇ ਮੇਨ ਬੰਦੇ ਨਾਲ ਹੀ ਕਰਾਉਂਗਾ ਹੂੰ ਨਹੀਂ ਹਾਏ ਵੀ ਮੈਂ ਘੱਟ ਸੋਹਣੀ ਹੈਗੀ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦੀ ਆ ਤੂੰ ਵੀ ਮੈਨੂੰ ਪਿਆਰ ਕਰਦੀ ਉਹ ਮੈਨੂੰ ਤਾਂ ਸਾਰਾ ਪਿੰਡ ਹੀ ਪਿਆਰ ਕਰਦਾ ਇਹੋ ਜਿਹਾ ਕੀ ਹੈ ਜੰਨੀ ਤੇਰੇ 'ਚ ਸੱਚੀ ਬੜਾ ਸੋਹਣਾ ਲੱਗਦਾ ਮੈਂ ਬੜਾ ਸੋਹਣਾ ਜਦੋਂ ਤੈਨੂੰ ਦੇਖ ਲੈਂਦਾ ਨਾ ਅਗਲਾ ਹਰੇਕ ਮਾਗਰੀ ਲੱਗ ਜਾਂਦੀ ਤੇਰੇ ਤੋਂ ਹਾਏ ਕਿੰਨਾ ਸੋਹਣਾ ਬੜਾ ਸੋਹਣਾ ਕਿਸਮਤ ਰੱਬ ਨੇ ਖੁੱਲੇ ਗੱਪੇ ਦਿੱਤੇ ਉਹ ਗੱਲ ਤਾਂ ਐ ਆ ਔਰ ਆਪ ਇੱਕ ਦਿਨ ਫ੍ਰੀ ਸੀ ਕਹਿੰਦਾ ਮੈਂ ਕੰਮ ਕਰਦਾ ਫਿਰ ਮੈਨੂੰ ਰੀਝ ਨਾਲ ਬਣਾਇਆ ਸਾਰਾ ਦਿਨ ਲਾਇਆ ਜੇ ਲੋਕਾਂ ਦੇ 1-2 ਮਿੰਟਾਂ ਹੀ ਬਣਾ ਕੇ ਪਰੇ ਕਰਦਾ ਮੈਨੂੰ ਸਾਰਾ ਦਿਨ ਹੀ ਲਾਇਆ ਰੀਝ ਨਾਲ ਹੀ ਬਣਾਇਆ ਮੈਨੂੰ ਤੇ ਹਾਏ ਵੇ ਸੱਚੀ ਤਾਂ ਹੀ ਤਾਂ ਤੂੰ ਬੜਾ ਸੋਹਣਾ ਹੈ
अगले जन्म तेरे ना करा लूंगा कोई गल नी आ जन्म तो टेंशन ना अगले जन्म दे इंतजार कर तू मैं तेरे नाम जपदी रहनी चल मेरा नाम जपया कर चल कोई गल नी वाला भी ना जपया कर वाला ही जापती है की करा तू सोना ही वाला है देखो चल कोई गल नहीं चल फिर मैं उधर ही ठीक है मैं थोड़ा काम देख ला ठीक है देखो काम इन्हें आ गए सारे गेस्ट ब्यूटीफुल चौबी घंटे लड़ती रही किस्त दे दा मशीन लेके जाई मैं किस्त वाला नहीं मैं चनी हाँ मेरे चन मैं सोने वाला लगे करके नहीं पछाण चलो बैठो तुसी मैं थोड़े लिए कुछ लेके आवा खान पीन नू इत्थे बैठा वा होर चल ठीक है चल मैं बैठना फिर ते मैं बस आई 5 मिनट च आई चल ठीक है चल तक तैयार मनु कर ले वो ये साडे पिंड वाला मुंडा नी ओनु मिल के आओ ये की फिरदा इथे इनु मिल के आना मैं इधर बाकी रे आ आंदी है हां जी किधर फिरदी है यार किधर ही बस इधर ही सीगी उधर मेरे यार दोस्त मेनु कह रहा रिश्तेदार कि भाभी ना मिला दे कोई गल नी डीको 10 मिनट ओ चन्नी आ रहा सीगा नाले तू उनु को पूजी नी तू ब्याह मेरे ना करवाना कि ओदे ना करवाना का ओनु पूजदी नी और तन्नू पता ते हैगा मैं जो सही गल साफ साफ दसेंगी फेर ही पता लगूगा हुन मेनू की पता लगदा थोड़े च की चल रहा हैगा कुछ नहीं चल रहा जद मैं नौकरी लगना सी ना ओने मेरी भैन तो 15,000 रुपया मंगया सी ते 15,000 रुपया सी केड़े हिल्ले ने दित्ता सी ओनु 15,000 ता लै गया ना मेरी भैन नु बेइज्जती करके पिंडो कढवाता ओदा बदला लै रही हां मैं बस जमीन करवा ला मैं आप देना अच्छा तेरी ओपन गुरमीत जी दे बारे दसा हां जी अच्छा चल फिर जे तेरा बदला फिर तो ठीक है फिर तो चाहे भाव होर रख ला बस होर नहीं मेरा बदला पूरा हो जांदे बस जमीन करवा लेना जदों मैं ना फिर नहीं मैं उन पूछदी चल फिर तो मेरा अपना ब्याह तो पक्का ही है ना मंगनी तो होई होई अपनी तुसी क्यों शक कर दो इना ओ नहीं नहीं मैं तो पैसे पूछ रहा शक वाली कोई गल नहीं चल उधर ही खड़े ने मैं देखदी हां उनां चल तू कर आउने चल फिर मैं देखदा उधर हां हां ठीक है जी चेहरा तो नहीं फोन तो मेरा नाल लिया नहीं यार
ਤੇ ਹੋਰ ਫਿਰ ਕੀ ਗੱਲ ਹੈ ਉਹ ਗੈਂਸ ਜੀ ਬਣ ਗਈ ਮੈਂ ਦਵਾਈ ਲੈ ਕੇ ਆਉਣਾ ਯਾਰ ਜਦੋਂ ਕੁਝ ਖਾਦਾ ਨਹੀਂ ਪੀਤਾ ਨਹੀਂ ਗੈਂਸ ਕਾਹਦੇ ਨਾਲ ਬਣ ਗਈ ਓ ਯਾਰ ਮੇਰੇ ਘਰ ਵਾਲੇ ਨੇ ਨਾ ਮੇਥੀ ਵਾਲੇ ਪਰੌਂਠੇ ਜੇ ਖਵਾਤੇ ਸੀ ਉਹਦੇ ਘਰ ਉਹਨਾਂ ਨਾਲ ਥੋੜੀ ਬਣਦੀ ਹੁੰਦੀ ਹੈ ਕੋਈ ਗੱਲ ਹੈ ਵਿੱਚੋਂ ਉਹ ਨਹੀਂ ਗੱਲ ਯਾਰ ਕਮਾਲ ਕਰੀ ਜਾਂਦੇ ਆ ਨਾਲੇ ਆ ਕੀ ਲੁਕੋਇਆ ਸੀਗਾ ਉਹ ਕੁਝ ਨਹੀਂ ਉਹਦਾ ਟੈਟਾਂ ਸੀ ਟੈਟਾਂ ਸੀ ਚਾ ਸੀ ਕਿ ਮੈਂ ਉਹਨਾਂ ਦਵਾਈ ਹੀ ਲਿਆਵਾਂ ਜਾਂ ਤੀਨ ਨਾਲੇ ਤੁਸੀਂ ਉਹ ਕਹਿੰਦੇ ਸੀਗੇ ਵੀ ਜ਼ਮੀਨ ਤੁਹਾਡੇ ਨਾਲ ਕਰਵਾ ਦੂੰਗਾ ਹਾਂ ਬਸ ਕਰਾ ਦੂੰਗਾ ਸਾਰਾ ਕੁਝ ਤੇਰੇ ਨਾਲ ਹੀ ਕਰਾਉਣਾ ਮੈਂ ਕਦੋਂ ਬਸ ਮੈਂ ਉਹ ਦਵਾਈ ਲਿਆਵਾਂ ਜਾਂ ਦਵਾਈ ਤਾਂ ਲੈ ਫਿਰ ਵੀ ਲੈ ਕੇ ਆ ਸਕਦੇ ਜਾਂ ਰਾਜੀ ਨੇ ਕਚਹਿਰੀਆਂ ਜਾਂਦੇ ਆਂਦੇ ਕਰਵਾ ਜੂ ਨਾ ਉਹ ਨਹੀਂ ਨਹੀਂ ਆਪਾਂ ਪਹਿਲਾਂ ਅਨਾਉਂਸਮੈਂਟ ਕਰ ਲਈ ਮੈਂ ਇਹਨੂੰ ਆ ਗਿਆ ਫਿਰ ਤੁਹਾਨੂੰ ਵਿਆਹ ਦੀ ਤਰੀਕ ਪਟ ਕਰੀ ਫਿਰ ਤੇਰੇ ਨਾਲ ਉਹ ਤਾਂ ਹੋ ਜੂਗੀ ਕਿਉਂ ਕਰੀ ਜੰਨੀ ਨਹੀਂ ਨਹੀਂ ਵਿਆਹ ਤਾਂ ਹੋ ਜੂਗਾ ਜਦੋਂ ਮੈਂ ਤੁਹਾਨੂੰ ਹਾਂ ਕਰ ਰੱਖੀ ਹੈਗੀ ਉਹ ਠੀਕ ਮੈਂ ਵੀ ਹਾਂ ਕਰ ਰੱਖੀ ਮੈਂ ਕਿਹੜਾ ਭੱਜ ਰਿਹਾ ਯਾਰ ਤੈਨੂੰ ਮੈਨੂੰ ਲੱਗਦਾ ਨਹੀਂ ਹੈਗਾ ਉਹ ਨਹੀਂ ਯਾਰ ਮੈਂ ਤੇਰੇ ਹੀ ਆ ਸਾਰਾ ਕੁਝ ਤੇਰੇ ਹੀ ਆ ਮੈਂ ਦੇਖ ਲਿਆ ਯਾਰ ਮੈਂ ਤੇਰੇ ਕਰਕੇ ਮੈਂ ਘਰ ਤਲਾਕ ਲੈ ਲਿਆ ਸਾਰਾ ਕੁਝ ਕਰ ਲਿਆ ਮੈਨੂੰ ਥੋੜਾ ਮੂੰਹ ਨਾ ਉੱਡਿਆ ਉੱਡਿਆ ਜਿਹਾ ਲੱਗ ਰਿਹਾ ਗੈਸ ਕਰਕੇ ਹੋ ਰਿਹਾ ਯਾਰ ਸਾਰਾ ਕੁਝ ਅੱਜ ਮੈਂ ਦਵਾਈ ਲੈ ਆ ਗਿਆ ਚੰਗਾ ਆ ਗਿਆ ਮੈਂ ਚਲ ਠੀਕ ਹੈ ਮੈਂ ਦੇਖਦੀ ਹਾਂ ਜਾ ਕੇ ਰੱਬਾ ਤੇਰੇ ਰੰਗ ਪਿੱਕੇ ਪੈ ਗਏ ਦੁਨੀਆ ਦੇ ਰੰਗ ਦੇਖ ਕੇ ਮੈਂ ਕੁੱਤਾ ਜੀ ਜਿਹੜੇ ਰੱਬ ਵਰਗੀ ਘਰ ਵਾਲੀ ਨਾਲ ਧੋਖਾ ਕਰ ਰਿਹਾ ਸੀ ਜੇ ਬੋਲਦੀ ਸੀ ਲਾਡੀ ਕਿੱਥੇ ਰੱਬਾ ਮੈਂ ਕੁੱਤਾ ਜੀ ਕਿਹੜਾ ਗਲੀ ਗਲੀ ਪਾਉਂਦਾ ਬੰਦਾ ਜੀ ਅੱਜ ਪਤਾ ਲੱਗਿਆ ਮੈਂ ਦਿਲ ਟੁੱਟੇ ਦਾ ਅਹਿਸਾਸ ਅੱਜ ਪਤਾ ਲੱਗਿਆ ਦਿਲ ਟੁੱਟੇ ਦਾ ਅਹਿਸਾਸ ਕੀ ਹੁੰਦਾ ਮੈਂ ਆਪਦੇ ਘਰ ਵਾਲੇ ਦਾ ਰੋਜ਼ ਦਿਲ ਤੋੜਦਾ ਸੀ ਉਹਦੇ ਕੀ ਬੀਤਦੀ ਹੋ ਗਈ ਹੈ ਚੱਲ ਚੰਨੀ ਆ ਬਪੂ ਲੜਦੀ ਤਾਂ ਮੈਂ ਤਾਂ ਹੀ ਜਦੋਂ ਮੈਨੂੰ ਬਾਹਰੋਂ ਕੋਈ ਆ ਕੇ ਭੜਕਾ ਦਿੰਦਾ ਨਾ ਵੀ ਬਗਾਨੇ ਤੀਵੀਆਂ ਵੱਲ ਦੇਖਦਾ ਉਹਨਾਂ ਦੀ ਝਾਕ ਕਰਦਾ ਫਿਰ ਤੈਨੂੰ ਪਤਾ ਜਨਾਨੀ ਦਾ ਗੁੱਸਾ ਆ ਹੀ ਜਾਂਦਾ ਹੁਣ ਭਲਾ ਬਗਾਨੀ ਤੀਵੀਂ ਜਰਨੀ ਕਿਹੜਾ ਸੌਖੀ ਪਈ ਆ ਓਹੋ ਬਾਪੂ ਮੈਨੂੰ ਪਤਾ ਤੂੰ ਮੈਨੂੰ ਤਾਂ ਹੀ ਸਮਝਾਉਣਾ ਵੀ ਹੋਰਾਂ ਨੂੰ ਦੇਖਦਾ ਤਾਂ ਹੀ ਤਲਾਕ ਲੈਣ ਨੂੰ ਕਹਿਣਾ ਪਰ ਮੈਂ ਸੱਚੀ ਕਹਿੰਦੀ ਹਾਂ ਮੈਂ ਤਾਂ ਬਹੁਤ ਕਰਦੀ ਹਾਂ ਮੈਂ ਤਾਂ ਬਸ ਐਂ ਡਰਦੀ ਹਾਂ ਵੀ ਇਹਨੂੰ ਕੋਈ ਖੋ ਨਾ ਲਵੇ ਮੇਰੇ ਤੋਂ ਚੱਲ ਚੰਗਾ ਬਾਪੂ ਬੇ ਕੀ ਹੋ ਗਿਆ ਹਰ ਗਿਆ ਤੂੰ ਸਰਪੰਚੀ ਚੋਂ ਹੈ ਮੇਰੀ ਤਾਂ ਜ਼ਿੰਦਗੀ ਚ ਹਰ ਗਿਆ ਮੈਂ ਬਹੁਤ ਧੋਖੇ ਖਾ ਰਿਹਾ ਮੈਂ ਬਹੁਤ ਧੋਖਾ ਦਿੰਦਾ ਰਿਹਾ ਤੈਨੂੰ ਮੈਂ ਜਿੰਨੀ ਮੈਨੂੰ ਧੋਖਾ ਦਿੰਦਾ ਰਿਹਾ ਕੀ ਹੋ ਗਿਆ ਮੈਂ ਤੇਰਾ ਸੱਚਾ ਪਿਆਰ ਨਾ ਦੇਖ ਨਹੀਂ ਸਕਿਆ ਬਸ ਮੈਂ ਇਹ ਸਮਝਿਆ ਤੂੰ ਮੇਰੇ ਨਾਲ 24 ਘੰਟੇ ਲੜਦੀ ਰਹਿੰਦੀ ਹੈ ਮੈਨੂੰ ਪਿਆਰ ਨਹੀਂ ਕਰਦੀ ਪਰ ਦੁਨੀਆ ਦੇ ਨਾ ਰੰਗ ਦੇਖ ਕੇ ਨਾ ਰੱਬ ਦੇ ਰੰਗ ਵੀ ਫਿੱਕੇ ਲੱਗਣ ਲੱਗ ਗਏ ਮੇਰੇ ਤੇ ਚੰਨੀ ਗੱਲ ਤਾਂ ਦੱਸ ਦੇ ਕੀ ਹੋਈ ਆ ਮੈਂ ਰੀਤ ਮੈਨੂੰ ਮਾਫ ਕਰ ਪਹਿਲਾਂ ਇੱਧਰ ਬੈਠ ਉੱਪਰ ਬੈਠ ਆ ਜਾ ਮਾਫ ਕਰਨ ਨੂੰ ਦੱਸ ਤੂੰ ਕੋਈ ਕਤਲ ਕਰਤਾ ਰੀਤ ਮੈਂ ਬਹੁਤ ਵੱਡਾ ਕੰਮ ਕਰਨ ਜਾ ਰਿਹਾ ਸੀ ਮੈਨੂੰ ਕੀ ਪਤਾ ਇੰਨਾ ਧੋਖਾ ਮਿਲੂ ਮੈਨੂੰ ਰੀਤ ਮੈਨੂੰ ਮਾਫ ਕਰ ਦੇ ਜੋ ਵੀ ਗਲਤੀ ਹੋ ਗਈ ਨਾ ਮੈਂ ਹੁਣ ਅੱਜ ਤੋਂ ਬਾਅਦ ਨਾ ਕਿਸੇ ਜਨਾਨੀ ਕਿ ਨਹੀਂ ਝਾਕਦਾ ਨਾ ਮੈਂ ਬਸ ਤੈਨੂੰ ਚੁੱਪ ਕਰ ਜਾ ਚੰਨੀ ਤੈਨੂੰ ਮਾੜੀ ਮੋਟੀ ਅੱਖ ਲੱਗ ਗਈ ਨਾ ਮੇਰੇ ਵਾਸਤੇ ਇੰਨੀ ਬਹੁਤ ਆ ਕਮਲੇ ਮੈਂ ਤਾਂ ਸੱਚੇ ਤੇਰਾ ਦਿਲੋਂ ਕਰਦੀ ਸੀ ਤੂੰ ਕਦੇ ਮੇਰੀ ਕਦਰ ਨਹੀਂ ਕਰੀ ਹੈਗੀ ਨਾਲੇ ਤੈਨੂੰ ਕੀ ਲੱਗਦਾ ਸੀ ਵੀ ਜੇ ਮੈਂ ਲੜਦੀ ਹਾਂ ਫਿਰ ਤੈਨੂੰ ਪਿਆਰ ਨਹੀਂ ਕਰਦੀ ਵੀ ਜਿੱਥੇ ਲੜਾਈ ਹੁੰਦੀ ਉੱਥੇ ਪਿਆਰ ਬਹੁਤ ਹੁੰਦਾ ਮੈਂ ਇਹ ਸੋਚਦਾ ਰਿਹਾ ਬਸ ਮੈਂ ਹੋਰ ਘਰ ਵਾਲੇ ਮੈਂ ਬਾਹਰ ਮੈਂ ਦੁਨੀਆ ਰੰਗ ਜਾ ਬਾਲੇ ਜਿਹੜੀਆਂ ਬਾਲੀਆਂ ਮਿੱਠੀਆਂ ਹੁੰਦੀਆਂ ਨੇ ਨਾ ਉਹ ਇਹੋ ਜਿਹੀ ਛੁਰੀ ਚੋਬਦੀਆਂ ਨੇ ਮਗਰੋਂ ਅਗਲਾ ਪਛਤਾਉਂਦਾ ਹੀ ਰਹਿੰਦਾ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਰਹਿੰਦਾ ਬਸ ਮੈਨੂੰ ਅੱਜ ਬਹੁਤ ਵੱਡੀ ਗਲਤੀ ਕਰ ਰਿਹਾ ਸੀ ਬਾ ਮੈਨੂੰ ਪਤਾ ਲੱਗ ਗਿਆ ਕੀ ਗਲਤੀ ਕਰਦਾ ਸੀ ਬਰੀਤ ਬਸ ਹੁਣ ਮਿੱਟੀ ਪਾ ਹੁਣ ਇਹ ਜ਼ਖਮਾਂ ਨੂੰ ਛੇੜਾਂਗੇ ਨਾ ਉਹਨੇ ਦੁੱਖ ਜ਼ਿਆਦਾ ਦੇਣਗੇ ਬਸ ਹੁਣ ਤੇ ਮਿੱਟੀ ਪਾ ਚੱਲ ਕੋਈ ਨਾ ਮੈਨੂੰ ਪੱਕਾ ਪਤਾ ਕਿਸੇ ਨੇ ਨਾ ਤੈਨੂੰ ਵੋਟ ਤੋਂ ਜਵਾਬ ਦੇਤਾ ਹੋਣਾ ਹੁਣ ਆਪਾਂ ਰਲ ਕੇ ਵੋਟਾਂ ਮੰਗਣ ਚੱਲਿਆ ਕਰਾਂਗੇ ਠੀਕ ਆ ਉਹ ਤਾਂ ਸਰਪੰਚ ਤੇ ਮੈਂ ਖੜਾ ਹੋਊਂਗਾ ਚੱਲ ਚੁੱਪ ਕਰ ਜਾ ਹੁਣ ਮੈਂ ਚਾਹ ਲੈ ਕੇ ਆਉਣੀ ਆ ਤੇਰੇ ਵਾਸਤੇ ਨਾਲੇ ਕੱਪੜੇ ਕਿੰਨੇ ਸੋਹਣੇ ਲੱਗਦੇ ਨੇ ਸਾਰੇ ਪਿੰਡ ਨੇ ਕਿਹਾ ਹੋਣਾ ਵੀ ਸੋਹਣੇ ਲੱਗਦੇ ਆ ਹਨਾ ਬਸ ਇਹ ਕੱਪੜੇ ਨਜ਼ਰ ਲੱਗ ਗਏ ਹੁਣ ਤੂੰ ਮੈਂ ਕੁੜਤਾ ਵੀ ਐਵੇਂ ਹੀ ਪਾਇਆ ਕਰੂੰਗਾ ਤੇਰੀ ਪਸੰਦ ਦਾ ਪੱਕਾ
चल चंगा फिर तू कुर्ता पजामा पा ला, मैं तेरे वास्ते चाय बना के लिया नहीं स्वाद जी कुर्ता पजामा ये तो दिन निशानी है ये तो मैं पा नहीं सकता।